ਜਿਸ ਬੰਦੇ ਨੂੰ ਆਪਣੇ ਆਪ ਨੂੰ ਨਾ ਕਿਸੇ ਸ਼ਾਇਦ ਆ ਪਤਾ ਹੋਵੇ ਉਹ ਦੂਸਰੇ ਨੂੰ ਮਤਾਂ ਜ਼ਰੂਰ ਦੇਦਾ ਜਿਹੜਾ ਕੈਮਰਾ ਹੋਵੇ ਸਹੀ ਉਹਦੇ ਥੱਲੇ ਨੰਗ ਕੇ ਵਹਾਏ ਮੈਂ ਵੇਨਾ ਕਿਵੇਂ ਨਹੀਂ ਮੁਖਾਲਫਾ ਹੁੰਦਾ ਅਸਲਾਮੁਅਲੈਕ ਨਾਜ਼ਰੀਨ ਇਹ ਕੈਮਰਾ ਵੇ ਜਿਹੜਾ ਫੋਟੋ ਲੈਂਦਾ ਪਿਆ ਕੁਝ ਲੋਕਾਂ ਦਾ ਕਹਿਣਾ ਆਏ ਵੇ ਕਿ ਸਿਰਫ ਔਰ ਸਿਰਫ ਸੈਂਸਰ ਏ ਕਿ ਇਹ ਸਿਰਫ ਔਰ ਸਿਰਫ ਨੰਬਰ ਪਲੇਟਾਂ ਸੈਂਸ ਕਰਦਾ ਹੈ ਇਹ ਟ੍ਰੈਫਿਕ ਕੰਟਰੋਲ ਵਾਸਤੇ ਲਗਾਇਆ ਗਿਆ ਹੈ ਕੁਝ ਲੋਕਾਂ ਦਾ ਮੰਨਣਾ ਆਏ ਵੇ ਕਿ ਇਹ ਜਿਹੜਾ ਕੈਮਰਾ ਵੇ ਇਹ ਇਸ ਵਾਸਤੇ ਨਸਬ ਕੀਤਾ ਗਿਆ ਹੈ ਕਿ ਜੇ ਕੋਈ ਮੋਬਾਈਲ ਯੂਜ਼ ਕਰਦਾ ਹੋਵੇ ਤੇ ਉਹਨੂੰ ਮੁਖਾਲਫਾ ਦੇਣ ਵਾਸਤੇ ਕੁਝ ਲੋਕਾਂ ਦਾ ਇਹ ਵੇ ਕਿ 벨ਟ ਵਾਸਤੇ ਤੇ ਮੋਬਾਈਲ ਵਾਸਤੇ ਦੋਨਾਂ ਵਾਸਤੇ ਵੇ ਲੇਕਿਨ ਇਹ ਦਰ ਅਸਲ ਹਕੀਕਤ ਕੀ ਇਹ ਦਰ ਅਸਲ ਅਖੀਕਤ ਹੈ ਵੇ ਕਿ ਇੱਕ ਕੈਮਰਾ ਹੀ ਹੈ ਸੈਂਸਰ ਨਹੀਂ ਜਿਸ ਸੈਂਸਰ ਨਹੀਂ ਸੈਂਸਰ ਇਸ ਕੈਮਰੇ ਦੇ ਅੰਦਰ ਸੈਂਸਰ ਲੱਗੇ ਆ ਕਿ ਜਦੋਂ ਥੱਲੇ ਕੋਈ ਗੱਡੀ ਨਿਕਲਦੀ ਹੈ ਤੇ ਉਹਦੀ ਫੋਟੋ ਲੈ ਲੈਣਾ ਕੈਪਚਰ ਕਰ ਲੈਂਦਾ ਇਸ ਕੈਮਰੇ ਨੂੰ ਕਹਿੰਦੇ ਨੇ ਆਰਟੀਫੀਸ਼ਲ ਇੰਟੈਲੀਜੈਂਸ ਕੈਮਰਾ ਇਹ ਦਾ ਸਿਰਫ ਔਰ ਸਿਰਫ ਇਹ ਹੀ ਕੰਮ ਹੈ ਕਿ ਅੰਦਰ ਜਿਹੜੀ ਥੱਲੇ ਨਿਕਲਣੀ ਸ਼ੈ ਉਹਦੀ ਫੋਟੋ ਲੈ ਲੈਣੀ ਫੋਟੋ ਲੈ ਕੇ ਫਿਰ ਇਹਦੀ ਤਹਕੀਕ ਵਾਸਤੇ ਪਿੱਛੇ ਨਾ ਟੀਮ ਰੱਖੀ ਹੁੰਦੀ ਹੈ ਹੈਡ ਜਿਹੜਾ ਪਿੱਛੇ ਹੈਡ ਹੈ ਯਾਨੀ ਉੱਥੇ ਜਿਹੜੀਆਂ ਫੋਟੋਆਂ ਫਿਰ ਅਪਲੋਡ ਹੁੰਦੀਆਂ ਨੇ ਉਹ ਫਿਰ ਚੈੱਕ ਕਰਦੇ ਨੇ ਵੈਰੀਫਾਈ ਕਰਦੇ ਨੇ ਕਿ ਕਿਆ ਕਿੰਨੇ ਕਾਨੂੰਨ ਤੋੜਿਆ ਤੇ ਕਿੰਨੇ ਕਾਨੂੰਨ ਫਾਲੋ ਕੀਤਾ ਜਿਨੇ ਕਾਨੂੰਨ ਤੋੜਿਆ ਹੋਵੇ ਉਹਨੂੰ ਪੈਨਲਟੀ ਆ ਜਾਂਦੀ ਹੈ ਔਰ ਪੈਨਲਟੀ ਕਿਸ ਸ਼ੋਰਤੇ ਚਾਹੁੰਦੀ ਹੈ ਸਿਰਫ ਮੋਬਾਈਲ ਦੀ ਜਾਂ ਬੈਲਟ ਦੀ ਹੁੰਦੀ ਹੈ ਨਹੀਂ ਸਰ ਅਗਰ ਤੁਸੀਂ ਮੋਬਾਈਲ ਯੂਜ਼ ਕਰਦੇ ਹੋ ਪੇ ਬੈੱਡ ਨਹੀਂ ਲਾਏ ਆ ਅਗਰ ਤੁਸੀਂ ਡਰਾਈਵਿੰਗ ਦੇ ਦੌਰਾਨ ਬਿਜ਼ੀ ਹੋ ਕੋਈ ਸੈਂਡਵਿਚ ਖਾ ਰਹੇ ਹੋ ਕੋਈ ਚਾਹ ਪੀ ਰਹੇ ਹੋ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਮਸਰੂਫ ਹੋ ਤੁਸੀਂ ਕਿ ਹੱਤਾ ਕਿ ਯਕੀਨ ਮੰਨੋ ਕੁਝ ਲੋਕਾਂ ਨੂੰ ਇਸਾ ਹੀ ਮੁਖਾਲਫ ਆਏ ਨੇ ਕਿ ਉਹ ਖੁਜਲਾ ਰਹੇ ਨੇ ਉਹਨੂੰ ਖੁਜਲੀ ਹੋਈ ਏ ਉਹ ਖੁਜਲਾਂਦਾ ਪਿਆ ਠੀਕ ਹੈ ਤੇ ਉਹਨੂੰ ਮੁਖਾਲਫਾ ਆ ਗਿਆ ਕੀ ਇਹ ਉਹਦੀ ਡੈਫੀਨੇਸ਼ਨ ਇਹ ਵੇ ਕਿ ਉਹ ਆੰਦ ਨੇ ਜੀ ਤੁਸੀਂ ਬਿਜ਼ੀ ਹੋ ਡਰਾਈਵਿੰਗ ਦੇ ਦੌਰਾਨ ਤੁਸੀਂ ਬਿਜ਼ੀ ਹੋ ਇਸ ਕਰਕੇ ਜਿਹੜਾ ਨਾ ਤੁਹਾਨੂੰ ਪੈਨਲਟੀ ਦੇ ਦਿੱਤੀ ਗਈ ਹੈ ਕਿ ਡਰਾਈਵਿੰਗ ਦੇ ਦੌਰਾਨ ਤੁਹਾਂ ਦੋਵੇਂ ਹੱਥ ਸਟੀਅਰਿੰਗ ਤੇ ਖੜਾ ਕੇ ਤੇ ਡਰਾਈਵਿੰਗ ਹੀ ਕਰਨੀ ਹੈ ਤੇ ਇਹ ਕੈਮਰੇ ਦੀ ਇਹ ਡੈਫੀਨੇਸ਼ਨ ਸੀ ਤੇ ਕੁਝ ਲੋਕਾਂ ਨੇ ਬੜਾ ਜ਼ਿਆਦਾ تنਕੀਦ ਕੀਤੀ ਹੈ ਕਿ ਭਾਈ ਜਾਨ ਇਹ ਕੈਮਰਾ ਨਹੀਂ ਇਹ ਸੈਂਸਰ ਹੈ ਵਗੈਰਾ ਵਗੈਰਾ ਹੁਣ ਮੈਨੂੰ ਇਹ ਮੈਂ ਚੈਲੰਜ ਕਰਨਾ ਜਿਹੜਾ ਬੰਦਾ ਕਹਿੰਦਾ ਨਾ ਕਿ ਸਿਰਫ ਔਰ ਸਿਰਫ ਐਸੇ ਵਾਸਤੇ ਸਿਰਫ ਕੈਮਰਾ ਲਾਇਆ ਕਿ ਇਹ ਜਿਹੜਾ ਸੈਂਸਰ ਏ ਤੇ ਕੁਝ ਨਹੀਂ ਕਰਦਾ ਮੁਖਾਲਫਾ ਨਹੀਂ ਨਿਕਲਦਾ ਥੱਲੂ ਦੀ ਮਰੋਜ਼ ਜਾਣਾ ਵਾ ਫਲਾ ਟੀਂਗੇ ਉਹ ਆਏ ਮੇਰੇ ਸਾਹਮਣੇ ਕੈਮਰਾ ਜਿਹੜਾ ਕੰਮ ਕਰਦਾ ਹੋਵੇ ਜਿਹੜਾ ਇਹ ਨਹੀਂ ਕਿ ਕੈਮਰਾ ਜਿਹੜਾ ਜਿਹੜਾ ਇੱਕ ਖਰਾਬ ਕੈਮਰਾ ਹੈ ਉਹਦੀ ਤੇ ਗਾਲੀ ਵਖਰੀ ਏ ਨਾ ਜਿਹੜਾ ਕੈਮਰਾ ਹੋਵੇ ਸਹੀ ਉਹਦੇ ਥੱਲੋਂ ਨੰਘ ਕੇ ਵਹਾਏ ਮੈਂ ਵੇਨਾ ਕਿਵੇਂ ਨਹੀਂ ਮੁਖਾਲਫਾ ਹੁੰਦਾ ਉਹਨੂੰ ਲਾਜ਼ਮ ਪਨਲਟੀ ਆਏਦੀ ਲੇਕਿਨ ਉਹਦੀ ਵਜ੍ਹਾ ਸਿਰਫ ਇਹ ਨਹੀਂ ਹੈ ਨਾ ਉਹ ਉਸੇ ਟਾਈਮ ਹੋਣ ਦਾ ਸਪੋਰਟ ਨਹੀਂ ਆਣੀ ਉਹਨਾਂ ਤਹਿਕੀਕ ਕਰਕੇ ਕਿਆ ਇਹ ਬੰਦੇ ਲਾ ਤਰੋੜਿਆ ਉਸ ਤੋਂ ਬਾਅਦ ਉਹਨੂੰ ਸਕੱਲ ਲੰਦੇ ਠੀਕ ਹੈ ਜੀ ਨਾਜ਼ਰੀਨ ਇਹ ਜੀ ਬਾਕੀ ਖਬਰ ਦੇ ਹਾਲਵਾਲ ਨੇ ਇੱਥੇ ਜਿੱਥੇ ਮੈਂ ਖਲੋਤਾ ਹਾਂ ਆਇਆ ਤੁਹਾਨੂੰ ਨਾਲ ਦੂਸਰੇ ਵੀਡੀਓ ਵੀ ਕਰਵਾ ਰਿਹਾ ਹਾਂ ਬਹਰਲ ਹੁਣ ਵਾਸ ਇਹ ਨਹੀਂ ਸੀ ਇਨਸ਼ਾਅੱਲਾ ਨੇ ਆਪਣੀ ਨੈਕਸਟ ਵੀਡੀਓ ਵਿੱਚ ਤੇ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੀ ਅੱਲਾ ਹਾਫਿਜ਼